بسم اللہ الرحمن الرحیم السلام علیکم میں احمد کاشف امید ਕਰਦਾ تو سارے ٹھیک ٹھاک ਹੋ گے تے اج دی جڑی گل ا اے چھوٹی جی ویڈیو ਤੁਸੀਂ دیکھنی ہاں فائدہ مند دا تے ਤੁਸੀਂ ਜਿਹੜੀ ਆ ایک ਪਰ ਮੈਂ ਦੱਸਦਾ ਦੱਸ ਦਵੀਆਂ ਤੇ ਸਮਝਾਉਣਾ ਵੀ ਤੇ ਆ ਜਿਹੜੀ ਸ਼ੈ ਆ اے ਰੂੜੀ ਇਹਨੂੰ ਕਹਿ ਸਕਦੇ ਹਾਂ ਅਸੀਂ ਰੂੜੀ ਕਹਿ ਸਕਦੇ ਹਾਂ ਕਲਰ ਕਹਿ ਸਕਦੇ ਹਾਂ ਗੋਬਰ ਕਹਿ ਸਕਦੇ ਹਾਂ ਜਿਹੜਾ ਕੁਛ ਨੂੰ ਚਾਹੋ ਕਹਿ ਸਕਦੇ ਇੱਕੋ ਚੀਜ਼ ਹੀ ਆ ਨਾਮ ਇਹਦਾ ਦਿਲ ਇਹਦਾ ਲੈ ਸਕਦੇ ਆ ਇਹ ਕਾਤੋਂ ਇਹ ਕਿਹੜੀ ਸ਼ੈ ਵਾਸਤੇ ਆ ਇਹ ਕਿਹੜੀ ਚੀਜ਼ ਆ ਤੇ ਇਹਦਾ ਫਾਇਦਾ ਕੀ ਆ ਤੁਹਾਨੂੰ ਅੱਜ ਦੇ ਵੀਡੀਓ ਵਿੱਚ ਇਹ ਦੱਸਣਾ ਤੇ ਇਹ ਇਸਤੇਮਾਲ ਕਿਉਂ ਕਰਦੇ ਆ ਇਹਦਾ ਫਾਇਦਾ ਕੀ ਹੈ ਤੇ ਹੁਣ ਮੈਂ ਤੁਹਾਨੂੰ ਜਦੋਂ ਆ ਹੁਣ ਆ ਰੂੜੀ ਆ ਪੂਰੀ ਆਪਣੀ ਇਹਨੂੰ ਜ਼ਮੀਨੇ 'ਚ ਸਟਾਤ ਤਵ ਢਿਗ ਲਾਉਂਦੇ ਰਹੇ ਸੀ ਨਾ ਸਾਈਡ ਤੇ ਮਤਲਬ ਇੱਕ ਜਗ੍ਹਾ ਤੇ ਢਿਗ ਲਾਉਂਦਾ ਫਿਰ ਉਹ ਮਜ਼ਦੂਰ ਨੂੰ ਲਾ ਕੇ ਆਪਣੇ ਡਾਂਦ ਰੇੜੇ ਦੀ ਮਦਦ ਨਾਲ ਰੇੜੀ ਦੇ ਮਦਦ ਦੇ ਨਾਲ ਤੇ ਉਹਨਾਂ ਨੇ ਚੁੱਕ ਕੇ ਮਤਲਬ ਇੱਥੇ ਸਟੜ ਦੀਆਂ ਛੋਟੇ-ਛੋਟੀਆਂ ਇਹ ਲਾਤੀਆਂ ਉਹਨਾਂ ਨੇ ਪੂਰਾ ਉਹ ਦੇਖੋ ਜੀ 마ਸ਼ਾਅੱਲਾ ਉੱਥੇ ਤੱਕ ਇਹਨਾਂ ਨੇ ਆਪਣਾ ਕੰਮ ਕੀਤਾ ਜਿਹੜੀ ਮਿਹਨਤ ਉਹਨਾਂ ਨੇ ਕੀਤੀ ਉਹ ਮਿਹਨਤ ਆਪਣਾ ਪੈਸਾ ਫਲ ਲੈ ਗਏ ਆ ਤੇ ਤੇ ਇਹ ਹੁਣ ਕੀ ਕਰਨਾ ਇਹਦਾ ਹੁਣ ਜਿਹੜਾ ਆ ਪਈ ਆ ਰੂੜੀ ਰੂੜੀ ਇਹਨੂੰ ਹੁਣ ਖਿਲਾਰਨੀ ਆ ਤੋੜ ਤੋੜੇ ਨੂੰ ਇਹਦਾ ਕਈ ਦੇ ਨਾਲ ਚੁੱਕ ਕੇ ਇਹਦਾ ਮੁਕਮਲ ਇਹਦਾ ਖਿਲਾਰਨੀ ਆ ਇੰਨੀ ਸਾਰੀ ਆ ਇਹ ਮੁਕਮਲੇ ਨੂੰ ਜ਼ਮੀਨ ਦੇ ਵਿੱਚ ਖਿਲਾਰਨੀ ਆ ਖਲਾਰਨ ਦਾ ਇਹਦਾ ਫਾਇਦਾ ਕੀ ਆ ਉਹ ਵੀ ਤੁਹਾਨੂੰ ਮੈਂ ਦੱਸ ਦਿੰਨਾ ਖਲਾਰਨ ਦਾ ਇਹਦਾ ਇਹ ਫਾਇਦਾ ਕੀ ਤੁਹਾਡੀ ਮਤਲਬ ਜਿਹੜੀ ਡੀਏਪੀ ਆ ਤੁਸੀਂ ਉਹ ਨਾ ਸਿੱਟੋ ਇਹ ਆਪਣੀ ਘਰ ਦੀ ਇਹ ਸਿੱਟ ਲੋ ਗੋਬਰ ਤੇ ਇਹ ਦੂਸਰਾ ਕਲਰ ਇਹ ਸਿੱਟ ਲੋ ਉਹਦੇ ਨਾਲੋਂ ਇਹ ਬਿਹਤਰ ਆ ਮਤਲਬ ਉਹਦੇ ਨਾਲੋਂ 10-12000 ਰੁਪਈਆ ਵੀ ਭਰੋ ਤੇ ਆ ਆਪਣੇ ਘਰ ਦੀ ਆ ਕੋਈ ਨਾ ਕੋਈ ਮਸਲਾ ਕੋਈ ਨਹੀਂ ਸਾਫ਼ ਸੁਥਰੀ ਆਪਣਾ ਜਿਹੜਾ ਉਹ ਲਵੋਗੇ ਫਿਰ ਉਹ 10-12000 ਪਰੋਂਗੇ ਤੇ ਉਹਦੇ ਮੁਕਾਬਲੇ ਆ ਇਹਦੇ ਨਾਲੋਂ ਅੱਛਾ ਕਿ ਆਹ ਕਰ ਲਓ ਤੇ ਇਹਦੇ ਪੱਠੇ ਮੈਂ ਤੁਹਾਨੂੰ ਦੱਸਦਾ ਕਹਿੰਦੇ ਪੱਠੇ ਕਿਸ ਤਰ੍ਹਾਂ ਇਹਦੇ ਵਿੱਚ ਜਿਹੜਾ ਉਹ ਗੋਬਰ ਕਲਰ ਆ ਇਹ ਬਹੁਤ ਜ਼ਿਆਦਾ ਵਾ ਸਿੱਟਿਆ ਆ ਜਿਹੜਾ ਇੱਥੇ ਸੀ ਉਹ ਬਹੁਤ ਥੋੜਾ ਦੇ ਘੱਟ ਸਿੱਟਿਆ ਸੀ ਫੇਰ ਵੀ ਤੁਸੀਂ ਦੇਖ ਸਕਦੇ ਆ ਬਾਜਰਾ ਕਿਸ ਤਰ੍ਹਾਂ ਖੁਸ਼ਹਾਲ ਆ ਦੇਖੋ ਨਾ ਆ ਇਸ ਤਰ੍ਹਾਂ ਤੇ ਹੁਣ ਉਹ ਜਿਹੜਾ ਉੱਧਰ ਪਾਜ ਰਾ ਉਹ ਵੀ ਤੁਹਾਨੂੰ ਮੈਂ ਦਿਖਾਉਣਾ ਤੇ ਉੱਧਰ ਵੀ ਕਾਸ਼ਤ ਕੀਤਾ ਹੋਇਆ ਉਹ ਵੀ ਗੋਬਰ ਸਟਕੇ ਕਲਰ ਸਟਕੇ ਰੂੜੀ ਸਟਕੇ ਜਿਹੜਾ ਕੁਝ ਵੀ ਮਰਦੀ ਸਮਝੋ ਤੇ ਆ ਇਹ ਬਹੁਤ ਜ਼ਿਆਦਾ ਫਾਇਦੇਮੰਦ ਦਾ ਤੇ ਤੁਹਾਨੂੰ ਇਹ ਵੀ ਪਤਾ ਲੱਗ ਗਿਆ ਕਿਹੜੀ ਚੀਜ਼ ਆ ਤੇ ਇਹ ਵੀ ਤੁਹਾਨੂੰ ਪਤਾ ਲੱਗ ਗਿਆ ਕਿੰਦਾ ਫਾਇਦਾ ਕਿਹੜਾ ਵਾ ਬਹੁਤ ਹੀ ਜ਼ਿਆਦਾ ਇਹਦਾ ਫਾਇਦਾ ਵਾ ਇਹ ਡੀਪੀਆਂ ਨੂੰ ਪਰੇ ਕਰੋ ਇੰਨੀ ਮਹਗਾਈ ਆ ਤਾਂ ਵਾਸਤੇ ਇਨੂੰ ਇਸਤੇਮਾਲ ਕਰ ਮੈਂ ਤੁਹਾਨੂੰ ਜਿਹੜਾ ਬਾਜਰਾ ਵਾ ਉਹ ਵੀ ਤੁਹਾਨੂੰ ਦਿਖਾਉਣਾ ਜਾ ਕੇ ਕਿ ਉਹਦੀ ਕੰਡੀਸ਼ਨ ਕੀ ਆ ਕਿ ਮਤਲਬ ਕਿ ਉਹ ਕਿਸ ਤਰ੍ਹਾਂ ਆ ਕਿ ਉਹਦੇ ਵਿੱਚ ਗੋਬਰ ਜੋ ਸਿੱਟਿਆ ਸੀ ਮਤਲਬ ਕਲਰ ਜੋ ਸਿੱਟਿਆ ਸੀ ਤੇ ਉਹਦੇ ਵਿੱਚ ਕਿਸ ਤਰ੍ਹਾਂ ਮਤਲਬ ਅਗਾਓ ਹੋਇਆ ਵਾ ਆਹ ਬਾਜਰਾ ਥੋੜਾ-ਥੋੜਾ ਮਾਸ਼ੱਲਾ ਦੇਖ ਸਕਦੇ ਆ ਕਿਦਾਂ ਹਰੀਆਲੀ ਆਹ ਲਾ ਗੋਬਰ ਜਿਹੜੇ ਮਜ਼ਦੂਰਾਂ ਦੇ ਇਥੋਂ ਚੁੱਕਦੇ ਆ ਆਪਣੇ ਰੇੜੀਆਂ ਤੇ ਰੱਖ ਕੇ ਫਿਰ ਜਿੰਨਾ ਸਫਰ ਵੀ ਹੋਵੇ ਕਿੱਲਾ ਹੋਵੇ ਵਿਗਾ ਹੋਵੇ ਉਹ ਲੈ ਕੇ ਜਾਂਦੇ ਆ ਲੈ ਕੇ ਜਾਣ ਤੋਂ ਬਾਅਦ ਫਿਰ ਉੱਤੇ ਟੀਰੀ ਕਰਦੇ ਬੜੀ ਮਿਹਨਤ ਲੱਗਦੀ ਆ ਕੰਮ ਕਰਨ ਗਿਆ ਫਿਰ एकदम ਕਰਦੇ ਸੜਦੇ ਆ ਇੱਥੇ ਵੀ ਸਿੱਟਿਆ ਸੀ ਤੇ ਤੁਸੀਂ ਇਹ ਕੰਡੀਸ਼ਨ ਬਾਜਰੇ ਦੀ ਮਾਸ਼ਾਅੱਲਾ ਤੁਸੀਂ ਆਪ ਹੀ ਦੇਖ ਸਕਦੇ ਆ ਕਿਸ ਤਰ੍ਹਾਂ ਕਿੰਨਾ ਪਿਆਰੀ ਗਰੋਥ ਇਹਦੇ ਡੀਪੀ ਤੁਸੀਂ ਭਾਵੇਂ ਨਾ ਇਸਤੇਮਾਲ ਕਰੋ ਇਹੀ ਕਲਰ ਗੋਬਰ ਰੂੜੀ ਇਹ ਇਸਤੇਮਾਲ ਕਰ ਲੋ ਤੁਹਾਡੇ ਵਾਸਤੇ ਇਹੀ ਬਹੁਤ ਆ ਕਿਉਂਕਿ ਹੁਣ ਕਿਉਂਕਿ ਹੁਣ ਇੰਨੀ ਮਹਿੰਗਾਈ ਹੋ ਗਈ ਆ ਇੰਨਾ ਜ਼ਿਆਦਾ ਰੇਟ ਹੋ ਗਿਆ ਵਾ ਡੀਏਪੀ ਦਾ 12000 ਤੱਕ ਚਲ ਗਈ ਆ ਅੱਲਾ ਖੈਰ ਕਰੇਗਾ ਤੇ ਤੁਸੀਂ ਇਹਨੂੰ ਇਸਤੇਮਾਲ ਕਰੋ ਆਖਿਰ ਸ਼ੇ ਵਾਸਤੇ ਇਹ ਇਸਤੇਮਾਲ ਕਰਨ ਵਾਸਤੇ ਆ ਦੇਖੋ ਜਿਸ ਤਰ੍ਹਾਂ ਹੁਣ ਮੁਕੰਮਲ ਉੱਤੇ ਤੱਕ ਸੜਤੀ ਆ ਤੇ ਆ ਪਰੇ ਨਹੀਂ ਸੱਟੀ ਇੰਨੀ ਤੱਕ ਸੜਤੀ ਇਹਨੂੰ ਖਿਲਾਰਨਾ ਪਏਗਾ ਖਿਲਾਰ ਕੇ ਤੇ ਇਹਦੇ ਹੱਲ ਮਾਰੋ ਤੇ ਮਾਰ ਕੇ ਜਿਹੜਾ ਕੁਝ ਵੀ ਇੰਦੇ ਤੇ ਫਿਰ ਬਿਜਣਾ ਕਾਸ਼ਤ ਕਰਨਾ ਉਹ ਕਰੋ ਬਹੁਤ ਹੀ ਜ਼ਿਆਦਾ ਗ੍ਰੋਥ ਹੋਏਗੀ ਇਹ ਨਹੀਂ ਕਿ ਸਿਰਫ ਇਹ ਇੱਕ ਦਿਨ ਵਾਸਤੇ ਆ ਮਤਲਬ ਕਿ ਇੱਕ ਮਹੀਨੇ ਵਾਸਤੇ ਆ ਦੋ ਮਹੀਨੇ ਵਾਸਤੇ ਚਾਰ ਮਹੀਨੇ ਵਾਸਤੇ ਆ ਇਸ ਸਾਲਾਂ ਵਾਸਤੇ ਆ ਦੋ ਸਾਲ ਤਿੰਨ ਸਾਲ ਇਥੇ ਅਸਰ ਦਿਖਾਉਗੀ ਕਿ ਵਾਕਈ ਇਥੇ ਕੋਈ ਚੀਜ਼ ਸਿੱਟੀਈ ਆ ਤੇ ਮਾਸ਼ਾਅੱਲਾ ਤੁਸੀਂ ਆਪ ਹੀ ਹੁਣ ਅੰਦਾਜ਼ਾ ਲਾ ਸਕਦੇ ਆ ਕਿਸ ਤਰ੍ਹਾਂ ਬਾਜਰੇ ਦਾ ਮਾਸ਼ਾਅੱਲਾਗਾਓ ਬਹੁਤ ਹੀ ਪਿਆਰਾ ਲਾਜਵਾਬ ਤੇ ਸੂਰਜ ਦੀ ਜਿਹੜੀ ਤਪਸ਼ ਆ ਉਹ ਫੁੱਲ ਦੇਖਣ ਨੂੰ ਮਿਲ ਰਹੀਆਂ ਕਿਉਂਕਿ بارشਾਂ ਦਾ ਹੁਣ ਦੱਸ ਨਹੀਂ ਰਹੇ ਇਸ ਵਾਸਤੇ ਫਿਰ ਬਹੁਤ ਜ਼ਿਆਦਾ ਗਰਮੀ ਆ ਇਸ ਵਾਸਤੇ ਹੁਣ ਇਦੀ گزارਾ ਕਰਨਾ ਪਏਗਾ ਪਹਿਲੇ ਜਿਹੜੀਆਂ ਵੀਡੀਓ ਸੀ ਬਾਰਿਸ਼ ਦੀਆਂ ਇੰਜੋਏ ਸੀਗਾ ਬਹੁਤ ਜ਼ਿਆਦਾ ਗਰਮੀ ਆ ਤੇ ਅੱਲਾ ਸੋਣਾ ਕਰਮ ਕਰੇਗਾ ਪਿੱਛੇ بارش ਆਉਂਦੀਆਂ ਨਹੀਂ ਬਹੁਤ ਜ਼ਿਆਦਾ ਇੰਜੋਏ ਕੀਤਾ ਠੰਡਾ ਮਿੱਠਾ ਮੌਸਮ ਸੀ ਹੁਣ ਧੋਪਾ ਫੁੱਲ ਗਰਮੀ ਆ ਤੁਸੀਂ ਆਪ ਹੀ ਸੂਰੇ ਦੀ ਤਪਸ਼ ਜਿਹੜੀ ਆ ਉਹ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਆ ਕਿਸ ਤਰ੍ਹਾਂ ਧੋਪਾ ਫੁੱਲ ਤੇ ਉਮੀਦ ਕਰਨਾ ਮੇਰੀ ਤੁਹਾਨੂੰ ਵੀਡੀਓ ਚੰਗੀ ਲੱਗੀ ਆ ਚੰਗੀ ਲੱਗੀ ਆ ਤੇ ਲਾਈਕ ਕਰੋ ਸ਼ੇਅਰ ਕਰੋ ਆਪਣੇ ਦੋਸਤ ਨਾਲ ਜਿਹੜਾ ਸਾਡਾ YouTube ਚੈਨਲ ਕਾਸ਼ਿਫ ਅਰਾਈ ਇਹਨੂੰ ਸਬਸਕ੍ਰਾਈਬ ਕਰੋ ਫਿਰ ਮਿਲਾਂਗੇ ਅਗਲੀ ਵੀਡੀਓ ਚ ਅੱਲਾ ਹਾਫਿਜ਼